ਪੈ ਗਿਆ ਕਿਉਂਕਿ ਉਹਨਾਂ ਦੇ ਕੰਮ ਐਸੇ ਸਨ ਉਹਨਾਂ ਨੇ ਹਮੇਸ਼ਾ ਆਪਣੀ ਅਖਲੋਕ ਲਈ ਉਹ ਕੰਮ ਕੀਤੇ ਨੇ ਜਿਨ੍ਹਾਂ ਲਈ ਉਹਨਾਂ ਲੋਕਾਂ ਨੂੰ ਨਫ਼ਾ ਪਹੁੰਚਾਇਆ ਹਮੇਸ਼ਾ ਔਰ ਸਾਡਾ ਵੀ ਕੰਮ ਹੈ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਸਾਨੂੰ ਚਾਹੀਦਾ ਅਸੀਂ ਮੁਸਲਮਾਨ ਹਾਂ ਔਰ ਸਾਰੇ ਭਾਈਆਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਨਾਲ ਸਾਨੂੰ ਡੀਲ ਕਰਨਾ ਚਾਹੀਦਾ ਇਹ ਜਿਹੜੀਆਂ ਅਸੀਂ ਇੱਕ ਦੂਜੇ ਨਾਲ ਲੜਾਈਆਂ ਝਗੜੇ ਕਰਨੇ ਆ ਲੜਾਈਆਂ ਝਗੜੇ 'ਚ ਕੁਝ ਵੀ ਨਹੀਂ ਪਿਆ ਅਸੀਂ ਪਿਆਰ ਮੁਹੱਬਤ ਨਾਲ ਜਿਹੜੀ ਗੱਲ ਹੋ ਜਾਣੀ ਆ ਬਾਤ ਹੋ ਜਾਣੀ ਉਹਦੇ ਵਰਗੀ ਗੱਲ ਕੋਈ ਨਹੀਂ ਔਰ ਕੋਸ਼ਿਸ਼ ਕਰਿਆ ਕਰੋ ਪਿਆਰ ਮੁਹੱਬਤ ਨਾਲ ਇੱਕ ਦੂਜੇ ਨਾਲ ਡੀਲ ਕਰਿਆ ਕਰੋ ਔਰ ਇੱਥੇ ਕਈ ਐਸੇ ਨੁਸਰਬਾਜ਼ ਵੀ ਹੈਗੇ ਨੇ ਵਿੱਚ ਕਿ ਜਿਹੜੇ ਮੰਡੀਆਂ ਮੁੰਡੀਆਂ ਦੇ ਵਿੱਚ ਨਾ ਅਕਸਰ ਨੁਸਰਬਾਜ਼ੀ ਬੜੀ ਹੁੰਦੀ ਹੈ ਦੋ ਨੰਬਰੀ ਬੜੀ ਹੁੰਦੀ ਹੈ ਜੇਬ ਕਤਰੇ ਬੜੇ ਹੁੰਦੇ ਨੇ ਉਹਨਾਂ ਤੋਂ ਹੁਸ਼ਿਆਰ ਰਹਿਣਾ ਨੁਸਰਬਾਜ਼ ਕਦੀ ਨਹੀਂ ਮੂੰਹੋਂ ਕਹਿੰਦਾ ਵੀ ਮੈਂ ਨੁਸਰਬਾਜ਼ ਹਾਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਕੋਈ ਤੁਹਾਨੂੰ ਕਹੇ ਮੈਂ ਡੋਗਰ ਮੋਟਰ 'ਤੇ ਹੀ ਹੁੰਦਾ ਮੈਂ ਡੋਗਰ ਮੋਟਰ 'ਤੇ ਹੀ ਸਰਦਾਰ ਡੋਗਰ ਦਾ ਮੈਂ ਭਾਈ ਹਾਂ ਮੈਂ ਭਤੀਜਾ ਮੈਂ ਉਹਦਾ ਕਜ਼ਨ ਹਾਂ ਮੈਂ ਇੱਥੇ ਜਨਾਬ ਡੋਗਰ ਮੋਟਰ ਦਾ ਨੁਮਾਇੰਦਾ ਆਓ ਇੱਥੇ ਬਾਹਰ ਜਾ ਕੇ ਡੀਲ ਕਰ ਲੈਂਦੇ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਇੱਥੇ ਬੜੇ ਬੜੇ ਨੁਸਰਬਾਜ਼ ਜੇ ਤੁਹਾਨੂੰ ਨਹੀਂ ਪਤਾ ਕਿ ਇੱਥੇ ਕਿੰਨੇ ਨੁਸਰਬਾਜ਼ ਨੇ ਔਰ ਕੋਸ਼ਿਸ਼ ਕਰਿਆ ਕਰੋ ਕਿਸੇ ਨੂੰ ਵੀ ਮੇਰੇ ਸ਼ੋਰੂਮ 'ਤੇ ਅਹਿਮਦ ਤੋਂ ਉੱਤੇ ਮੈਨੂੰ ਕੋਈ ਨਹੀਂ ਇਸ ਤਰ੍ਹਾਂ ਬਾਰੀ ਹੈ ਸਾਰੇ ਨੇ ਲੇਕਿਨ ਮੈਂ ਕਹਾਂਗਾ ਜਿਹਨੂੰ ਵੀ ਟੋਕਨ ਬਿਆਨਾ ਭੇਜਣਾ ਬਾਹਰੋਂ ਉਹਨੂੰ ਇਹ ਗੱਲ ਕਹਿਣੀ ਹੈ ਕਿ ਡੋਗਰ ਨਾਲ ਸਾਡੀ ਗੱਲ ਕਰਾ ਫਿਰ ਟੋਕਨ ਭੇਜਣਾ ਔਰ ਜਿਹਦੇ ਕੋਈ ਗੱਡੀ ਲੈਣੀ ਦੇਣੀ ਹੈ ਮੇਰੇ ਕੰਨ 'ਚ ਖਬਰ ਜ਼ਰੂਰ ਪਾਇਆ ਕਰੋ ਇਹਨਾਂ ਦਾ ਜਿੰਨਾ ਮੇਰਾ ਤਜਰਬਾ ਉਹ ਇਹਨਾਂ ਦਾ ਨਹੀਂ ਹੈਗਾ ਔਰ ਮੈਂ ਕੋਸ਼ਿਸ਼ ਕਰਨਾ ਮੈਨੂੰ ਮਾੜੀ ਜਿਹੀ ਮਿਸਟੇਕ ਨਜ਼ਰ ਆ ਜਾਵੇ ਨਾ ਗੱਡੀ ਦੇ ਵਿੱਚ ਕਿ ਇਹਦੀ ਬੁੱਕ ਮਿਸ ਹੈ ਕੋਈ ਮਸਲਾ ਹੈਗਾ ਮੈਂ ਉਹ ਗੱਡੀ ਨਹੀਂ ਵੇਚਦਾ ਜਲਦੀ ਕਿਤਿਆਂ ਮੈਂ ਕੈਂਸਲ ਕਰ ਦਿੰਦਾ ਡੀਲ ਇਹ ਵੇਚ ਜਾਂਦੇ ਨੇ ਇਹ ਆਪਣੇ ਦਸ ਦਸ ਦੀ ਖਾਤਰ ਸਿਸਟਮ ਸਿੱਧਾ ਕਰ ਦਿੰਦੇ ਨੇ ਲੇਕਿਨ ਉਹ ਬਾਅਦ ਸਿਸਟਮ 'ਤੇ ਮੁਸੀਬਤ ਮੇਰੇ ਲਈ ਬਣਨੀ ਹੈ ਮੈਂ ਇਸ ਲਈ ਕਹਿੰਦਾ ਕਿਸੇ ਬੰਦੇ ਦੀਆਂ ਗੱਲਾਂ 'ਚ ਨਹੀਂ ਆਉਣਾ ਤੁਸੀਂ ਜਿੰਨੇ ਵੀ ਕੋਲੋਂ ਗੱਡੀ ਤੁਸੀਂ ਲੈਣੀ ਹੈ ਮੇਰੇ ਤੋਂ ਬਾਹਰੋਂ ਬਾਹਰ ਲੈਂਦੇ ਜੇ ਜਾਂ ਜਿੱਥੇ ਵੀ ਲੈਂਦੇ ਜੇ ਮੈਨੂੰ ਕੰਨ 'ਚ ਜ਼ਰੂਰ ਖਬਰ ਪਾਉਣੀ ਡੋਗਰ ਸਾਹਿਬ ਮੈਂ ਅਹਿਮਦ ਕੋਲੋਂ ਗੱਡੀ ਲੈ ਰਿਹਾ ਮੈਂ ਬਾਰੀ ਕੋਲ ਲੈ ਰਿਹਾ ਮੈਂ ਫਲਾਣੇ ਕੋਲ ਲੈ ਰਿਹਾ ਮੈਂ ਇਹਦੇ ਕੋਲ ਲੈ ਰਿਹਾ ਮੈਂ ਉਹਦੇ ਕੋਲ ਲੈ ਰਿਹਾ ਕਿਉਂਕਿ ਮੇਰੀ ਟੀਮ ਹੈ ਇਹ ਮੇਰੀ ਟੀਮ ਦਾ ਹਿੱਸਾ ਨੇ ਸਾਰੇ ਮੇਰੇ ਪਾਰਟਨਰ ਨੇ ਮੇਰੇ ਪਾਰਟਨਰ ਇੱਥੇ ਤੁਹਾਡੇ ਵਿੱਚ ਤਕਰੀਬਨ 20 ਖੜੋਤੇ ਨੇ ਇਸ ਟਾਈਮ ਔਰ ਮੈਂ ਕਹਾਂਗਾ ਕੱਲ੍ਹ ਨੂੰ ਕੋਈ ਮੇਰੇ ਲਈ ਮੁਸੀਬਤ ਨਾ ਖੜੀ ਕਰਿਆ ਜੇ ਤੁਹਾਡੀ ਮਿਹਰਬਾਨੀ ਹੈ ਕਿਸੇ ਨੂੰ ਬਿਆਨਾ ਤੁਹਾਡਾ ਲੈ ਕੇ ਨੱਸ ਜਾਵੇ ਕੋਈ ਤੁਹਾਡੇ ਕੋਲ ਪੇਮੈਂਟ ਲੈ ਕੇ ਨੱਸ ਜਾਵੇ ਕੱਲ੍ਹ ਨੂੰ ਤੁਸੀਂ ਮੈਨੂੰ ਕਹੋ ਡੋਗਰ ਸਾਹਿਬ ਤੁਹਾਡੇ ਸ਼ੋਰੂਮ ਤੋਂ ਮੈਂ ਲੁੱਟਿਆ ਗਿਆ ਮੈਂ ਇਹ ਚੀਜ਼ ਨਹੀਂ ਸੁਣਨੀ ਚਾਹੁੰਦਾ ਤੁਹਾਡੀ ਮਿਹਰਬਾਨੀ ਹੈ ਬਾਕੀ ਕਰੋ ਸ਼ੁਰੂ ਅੱਲਾ ਨੂੰ ਯਾਦ ਕਰਕੇ ਅਤੇ ਲਾਓ ਇਹਦੇ ਪੈਸੇ ਜੁੰਮੇ ਵਾਲੇ ਦਿਨ ਤਾਂ ਸਾਰੇ 3 ਵਜੇ ਦਾ ਕਰ ਦਿੰਦੇ ਹਾਂ ਅੱਗੇ ਅਸੀਂ 5 ਵਜੇ ਕਰਨਾ ਸੀ ਹੁਣ 3 ਵਜੇ ਕਰਿਆ ਕਰਾਂਗੇ 12 ਵਜੇ ਦਾ ਕੰਮ ਨਹੀਂ ਸਹੀ 12 ਵਜੇ ਧੁੱਪ ਹੁੰਦੀ ਬੜੀ ਧੁੱਪ ਹੁੰਦੀ 3 ਵਜੇ ਅਸੀਂ ਆਕਸ਼ਨ ਸ਼ੁਰੂ ਕਰਿਆ ਕਰਾਂਗੇ ਜੀ 3 ਵਜੇ ਤੱਕ ਸਾਰੇ ਵੀਰ ਭਰਾ ਪਹੁੰਚੋ 2 ਵਜੇ ਅਸੀਂ ਰੋਟੀ ਸ਼ੁਰੂ ਕਰਾਂਗੇ ਖਾਣਾ ਦੇਵਾਂਗੇ ਘੰਟੇ 'ਚ ਅਸੀਂ ਖਾਣਾ ਭੁਗਤਾ ਲਈਦਾ 3 ਵਜੇ ਅਸੀਂ ਆਕਸ਼ਨ ਸ਼ੁਰੂ ਕਰ ਦਿਆਂਗੇ ਚਲੋ ਜੀ ਅੱਲਾ ਹੀ ਸਪੋਰਟ ਲਾਓ ਜੀ ਪੈਸੇ ਇਸ ਗੱਡੀ ਦੇ ਅਸੀਂ ਤਾਂ ਲਾਇਆ ਇਹਦਾ 35 ਲੱਖ ਲੇਕਿਨ ਤੁਸੀਂ ਆਪਣੀ ਮਰਜ਼ੀ ਨਾਲ ਲਾਓ ਭਾਵੇਂ 30 ਲੱਖ ਲਾ ਦਿਓ ਲਾਓ ਤੁਹਾਡੀ ਮਰਜ਼ੀ ਚੱਲਣੀ ਸਾਡੀ ਨਹੀਂ ਚੱਲਣੀ 17 ਮਾਡਲ ਦੀ ਅਲਟੋ ਗੱਡੀ ਬਹੁਤ ਸੋਹਣੀ ਹੈ 7 ਡਿਗਰੀ ਜੈਨੂਇਨ ਹੈ ਬਹੁਤ ਪੀਸ ਜੈਨੂਇਨ ਹੈਗੇ ਨੇ ਮੈਂ ਨਹੀਂ ਕਹਿੰਦਾ ਕੋਈ ਹੈਗੇ ਨੇ ਮੈਂ ਕਹਾਂਗਾ ਖੁੱਲੀ ਆਵਾਜ਼ ਦੇਣਾ ਹੁੰਦਾ 7 ਬਿਲੀਅਨ ਡਿਗਰੀ ਜੈਨੂਇਨ ਹੈ ਅੰਦਰ ਸੇ ਖੂਬ ਸੋਹਣੀ ਗੱਡੀ ਲਓ ਪੈਸੇ ਪੂਰੀ ਸੀਲਾਂ ਦੀ ਸੋਹਣੀ ਗੱਡੀ ਹੈ ਸੋਹਣੀ ਗੱਡੀ 31 ਲੱਖ ਰੁਪਈਆ 31 ਲੱਖ ਰੁਪਈਆ ਲੱਗ ਗਿਆ ਜੀ ਇਸ ਗੱਡੀ ਦਾ 2017 ਮਾਡਲ ਦੀ ਅਲਟਸ ਪੁਰਾਣੀਆਂ ਲੈਟਾਂ ਵਾਲੀ ਗੱਡੀ ਬਹੁਤ ਸੋਹਣੀ ਹੈ ਲਾਓਗੇ ਪੈਸੇ ਤੇ ਗੱਡੀ ਲੱਭਣੀ ਹੈ ਪੈਸੇ ਲਾਓਗੇ ਤੇ ਗੱਡੀ ਲੱਭਣੀ ਹੈ ਜੇ ਤੁਸੀਂ ਕਹੋਗੇ ਨਾ ਚੁੱਪ ਕਰਕੇ ਗੱਡੀ ਲੱਭ ਜਾਓ ਤੇ ਚੁੱਪ ਕਰਕੇ ਮੈਨੂੰ ਵੀ ਨਹੀਂ ਲੱਭਣੀ ਨਾ ਤੁਹਾਨੂੰ ਲੱਭਣੀ ਹੈ ਪੈਸੇ ਲਾਓ ਮੁੱਲ ਲਾਓਗੇ ਤੇ ਚੀਜ਼ ਲੱਭਣੀ ਜੇ ਨਹੀਂ ਲਾਓਗੇ ਤੇ ਮੈਂ ਅੱਗੇ ਤੁਰ ਜਾਵਾਂਗਾ ਇੱਕ ਇਹ ਗੱਡੀ ਵਿਕਣ ਵਾਲੀ ਹੈ ਔਰ ਇਹਦੇ ਪੈਸੇ ਲਾਓ ਸਹੀ ਡਰੋ ਨਾ ਤੇ ਸੰਧੋ ਵੀ ਨਾ ਆਪਣੀ ਸੰਗ ਲਾ ਦਿਓ ਤੁਹਾਡੀ ਮਿਹਰਬਾਨੀ ਮੈਂ ਸ਼ਰਮ ਲਾਤੀ ਤੁਸੀਂ ਕਿਉਂ ਨਹੀਂ ਲਾਉਂਦੇ ਲਾਓ ਪੈਸੇ ਲਾ ਦਿਓ ਖੁਦਾ ਦਾ ਨਾਂ ਜੇ 31 ਲੱਖ ਦੀ ਕਿੱਥੇ ਅਲਟਾ ਸਲਬਦੀ ਏ ਸਾਨੂੰ ਇਜਾਜ਼ਤ ਨਹੀਂ ਕਿ ਸਰ ਲਾਣ ਦੀ ਹਾਂਜੀ 31 ਲੱਖ ਰੁਪਈਆ 33 ਲੱਖ ਰੁਪਈਆ 33 ਲੱਖ ਜਿੰਨੇ ਪੈਸੇ ਲਾਉਣੇ ਨੇ ਉਹਨੇ ਮਾਲ ਕਮਾਉਣਾ 33-60 ਹੋ ਗਿਆ ਉਹਨਾਂ 33-10 33-60 ਹੋ ਗਿਆ ਉਹਨਾਂ ਦਾ 60 33 ਲੱਖ 60 ਹਜ਼ਾਰ ਰੁਪਈਆ 33-10 ਹੋ ਗਿਆ 33 ਲੱਖ 33 ਉਹਨਾਂ ਲਾਇਆ 33-60 ਹੋ ਗਈ ਉਹਦੇ ਨਾਲ ਚਲੋ ਕਹੀ ਦੇਣ ਦੇ 33-60 ਹੀ ਲਾਈ ਮਾਡਲ 17 ਅਲਟਸ 7 ਡਿਗਰੀ ਜਨਨ ਅੰਦਰ ਸਿਲੇ ਦੀ ਗੱਡੀ ਰੂਮ ਗੱਡੀ ਦਾ ਵੇਖੋ ਫਰੰਟ ਗੱਡੀ ਦਾ ਵੇਖੋ ਬੈਕ ਗੱਡੀ ਦਾ ਵੇਖੋ ਇਹ ਗੱਡੀ 38 ਲੱਖ ਰੁਪਏ ਦੀ ਕਾਰ ਹੈ ਕੀ ਹੋ ਗਿਆ ਤੁਹਾਨੂੰ ਪੈਸੇ ਸਹੀ ਲਾਓ ਗੱਡੀ ਦੇਣੀ ਹੈ ਬੰਦੇ ਨੇ ਅਰਜੈਂਟ ਦੇਣਾ ਹੈ ਗੱਡੀ ਬਹੁਤ ਸੋਹਣੀ ਹੈ
ਭਾਈਜਾਨ ਮੈਂ ਵਾਅਦਾ ਦਿੱਤੀ ਹੈ ਅੰਦਰ ਸਿੱਲਾ ਤੇ ਗੱਡੀ ਡੋਗਰ 34 34 ਲੱਖ ਰੁਪਇਆ ਚੋਰੀ ਫਾਦਾ ਲੱਗ ਗਿਆ 34 ਲੱਖ ਰੁਪਇਆ 34 ਲੱਖ 34 ਲੱਖ ਤੋਂ ਉੱਤੇ ਕੋਈ ਹੈ ਆਈਟਸ 2017 ਮਾਡਲ 34 ਲੱਖ ਉਸ ਉੱਤੇ ਹੈ ਭਾਈ 15 34 ਲੱਖ 15 ਸਜਾਦ ਮੰਦਰ ਦਾ ਹੋ ਗਿਆ 34 ਲੱਖ 15 ਦਾ ਸਜਾਦ ਮੰਦਰ ਸਾਹਿਬ ਦਾ ਹੋ ਗਿਆ 34 ਲੱਖ 15 ਦਾ ਹਕੀਮ ਸਾਹਿਬ ਦਾ ਹਾਜੀ ਸਾਹਿਬ ਕਿਹਦੇ ਕਹਿੰਦੇ ਹਾਜੀ ਸਾਹਿਬ ਅੱਜ ਇਹ ਲੈਣ ਵਾਲਾ ਸੌਦਾ ਦੇ ਕੀ ਢਿੱਲੇ ਕੇ ਪਏ ਨੇ ਇੰਚੂ ਨਹੀਂ ਆਂਦਾ ਚੁੱਪ ਕਰਕੇ ਸੁਣ ਮੈਂ 35 ਲੱਖ ਲਾਤਾ ਤਾਂ ਤੁਹਾਨੂੰ ਸ਼ਰਮ ਆਉਂਦੀ ਹੈ ਸਾਡੇ 34 ਲੱਖ ਰੁਪਇਆ ਕਿੱਥੇ ਮਰਜ਼ੀ ਲੈ ਓ ਯਾਰ ਤੈਨੂੰ ਮੈਂ ਫਸਣ ਨਹੀਂ ਦਿੰਦਾ ਕੀ ਹੋ ਗਈ ਓਹੋ ਗੱਡੀ ਮੈਂ ਤੁਹਾਨੂੰ ਪਤਾ ਜਨਮਨ ਲੈਣੀ ਹੈ ਤੂੰ ਪੈਸੇ ਲਾ ਤੇ ਤੈਨੂੰ ਘਾਟਾ ਪਾਉਣ ਦੀ ਗੱਲ ਕਰੀ ਮੇਰੇ ਖਾਤੇ ਪਾ ਦੇਣੀ ਨਹੀਂ ਸਮਝ ਆਂਦੀ ਕੋਈ ਗੱਲ ਨਹੀਂ ਜਿੱਦੂ ਸਾਡੀ ਲਾ ਪਾਸੇ ਪੈਸੇ ਲਾਓ ਮੱਲੀ ਸਾਹਿਬ ਸਾਡੇ 34 ਲੱਖ ਰੁਪਇਆ ਸਾਡੇ 34 ਲੱਖ ਲਿਆਓ ਬਿਆਨਾ ਸਾਡੇ 34 ਲੱਖ ਇੱਕ ਸਾਡੇ 34 ਲੱਖ ਸਾਡੇ 34 ਲੱਖ ਰੁਪਇਆ ਇੱਕ ਸਾਡੇ 34 ਦੋ ਜੀ ਸਾਡੇ 34 ਰੁਪਏ ਹੈ ਭਾਈ ਸਾਡੇ 34 ਦੀ ਦੇਣੀ ਹੈ ਕਿੰਦਰ ਗਏ ਨੇ ਮਲਕ ਸਾਹਿਬ ਇਹ ਲੋ ਸਾਡੇ ਨਾਲ ਬੋਲ ਥੱਲੇ ਹੀ ਲੱਗਿਆ ਦੇ ਦੇ ਇੰਨੀ ਦੁਨੀਆ ਦੀ ਵੀ ਵੇਖੋ ਨਾ ਪਤਾ ਹੀ ਗੱਲ ਹੈ ਮਾਰਕੀਟ ਦੇ ਹਾਲਾਤ ਖਰਾਬ ਨੇ ਦੇਖੋ ਮੁੱਲ ਤੁਹਾਡੇ ਸਾਹਮਣੇ ਲੱਗਣ ਡਿਆ ਹਾਲਾਂਕਿ ਗੱਡੀ ਮੈਂ 36.5 ਲੱਖ ਦੀ ਪਰਸੋਂ ਵੇਚੀ ਸੀ 36.5 ਲੱਖ ਦੀ ਇਹ ਗੱਡੀ ਵੇਚੀ ਸੀ ਇਹਨਾਂ ਦਾ ਪਿੱਛੇ ਐਨਓਸੀ ਦਾ ਮਸਲਾ ਸੀ ਇਹ ਕਹਿੰਦੇ ਸੀ ਐਨਓਸੀ ਆਏਗਾ ਮੈਂ ਕਿਹਾ ਐਨਓਸੀ ਤੋਂ ਬਗੈਰ ਅਸੀਂ ਗੱਡੀ ਨਹੀਂ ਵੇਚਦੇ ਜਿੰਨੀ ਦੇਰ ਐਨਓਸੀ ਨਾ ਆਇਆ ਅਸੀਂ ਪੇਮੈਂਟ ਨਹੀਂ ਕਰਾਉਣੀ ਡੀਲ ਕੈਂਸਲ ਕਰਤੀ ਹੁਣ ਆ ਗਿਆ 34.5 ਲੱਖ ਲੱਗਾ ਇਸ ਤੋਂ ਉੱਤੇ ਬੋਲੋ ਲਈ ਵੀ ਇਨਵੈਸਟਰ ਨੇ ਸੀ ਪਠਾਨ ਨੇ ਲਈ ਸੀ ਗੱਡੀ ਭਾਈ ਫਿਰ ਵਾਲੇ ਨੇ ਹਾਂਜੀ 34.5 ਲੱਖ 34.5 ਦੇ ਉੱਤੇ ਹੈ ਕੋਈ ਅਲਟਸ ਦਾ 17 ਮਾਡਲ ਕੀ ਹੋ ਗਿਆ ਤੁਹਾਨੂੰ ਬੜਾ ਔਖਾ ਕੰਮ ਹੋਇਆ ਪਿਆ ਮਲਕ ਸਾਹਿਬ ਗੱਡੀ ਵਿਕੇ ਜਾਂ ਨਾ ਵਿਕੇ ਮੇਰਾ ਪੈਸਾ ਖਰਾ ਹੋ ਗਿਆ ਜਿੰਨਾ ਮੈਂ ਖੱਪਿਆ ਸਹੀ ਗੱਲ ਹੈ ਜਿੰਨਾ ਮੈਂ ਜ਼ੋਰ ਲਾਇਆ ਇਸ ਗੱਡੀ ਤੇ ਕਿਸੇ ਤੇ ਵੀ ਨਹੀਂ ਲਾਇਆ ਔਰ ਬੜੀ ਗੱਲ ਹੈ 34.5 ਦੇ ਕਹਿੰਦੇ ਮੈਂ ਨਾ ਹੁੰਦਾ ਤੇ 31 ਦੇ ਉੱਤੇ ਕੋਈ ਸੀ ਜਾਣਾ ਕਿਸੇ ਨੇ ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਮੈਨੂੰ 34.5 ਲੱਖ ਦੀ ਗੱਡੀ ਨਹੀਂ ਆ ਗਈ ਮੁੱਲ ਸਹੀ ਕਰੋ ਮੈਂ ਗੱਡੀ ਲੈ ਜਾ ਜੱਜ ਗੱਡੀ ਚੈੱਕ ਕਰ 75000 ਰੁਪਇਆ ਇੱਧਰ ਆਣਾ ਫੇਰ ਤਾਂ ਸਹੀ ਗੱਡੀ 34.5 ਚੈੱਕ ਤਾਂ ਕਰ ਮਾਲਕ ਜੀ ਇੱਧਰ ਆਓ ਗਏ ਤਾਂ ਗੱਡੀ ਗੱਲ ਬਣਨੀ ਰੱਖੋ ਗੱਡੀ ਚੈੱਕ ਕਰੋ ਫੇਰ ਆਖੋ ਕਿ ਮੈਨੂੰ ਅਸੀਂ ਰਹਿ ਗਏ ਹਾਂ ਵਿਹਲੇ ਹੀ ਕੋਈ ਛਾ ਨਹੀਂ ਲੈ ਕੇ ਦਿੱਤੀ ਡੋਗਰ ਸਾਹਿਬ ਤੁਸੀਂ ਕੁਛ ਲਾਓਗੇ ਤਾਂ ਲੱਭੇਗੀ 34.75 ਦੇ ਉੱਤੇ ਹੈ ਕੋਈ 34.75 ਤੂੰ ਨਹੀਂ ਬੋਲਣਾ ਬਸ ਕਿਹੜੇ ਤੇ ਪਾਬੰਦੀ ਹੈ ਤੇਰਾ ਬੜਾ ਦਿਲ ਕਰਨ ਡਿਆ 34.75 ਮੈਨੂੰ ਲੈ ਕੇ ਨਹੀਂ ਦੇਣੀ 80000 ਰੁਪਇਆ ਮਲਕ ਸਾਹਿਬ ਦਾ ਹੋ ਗਿਆ ਜੀ 80000 ਰੁਪਇਆ 35 ਲੱਖ ਰੁਪਇਆ ਪੂਰਾ ਫੜ ਬਿਸਮਿਲਲਾ ਕਰ ਇੱਧਰ ਆ ਮਲਕ ਸਾਹਿਬ ਮਲਕ ਸਾਹਿਬ ਲੱਗ ਗਿਆ ਬਿਸਮਿਲਲਾ ਕਰ ਹੁਣ ਹੁਣ ਨਹੀਂ ਉਹ ਤੋਂ ਵੱਧ ਨਾ ਕੰਮ ਮੈਂ ਕਹਿੰਦਾ ਮੇਰੇ ਤੁਹਾਡੇ ਕੀ ਫਰਕ ਹੈ ਬਾਜੀ ਬਸ ਐਂਡ ਫੜੋ ਬਿਸਮਿਲਲਾ ਕਰੋ ਦੇ ਦੋ ਉਹ ਬੜੇ ਰੁਪਈਆ ਲੱਗ ਗਏ ਨੇ ਕੀ ਹੋ ਗਿਆ ਜੇ ਨਹੀਂ ਹੋਣੀ ਓਵਰਾ ਦਿਓ ਹਲ ਕਰੋ ਡਨ ਕਰੋ ਲੈਣੀ ਜਾ ਕਰੋ ਬਿਸਮਿਲਲਾ ਹਾਂ ਜੀ ਕੋਈ ਆ ਤਾਂ ਬੋਲੋ ਸਾਰੇ ਅਸਰ ਦੇ ਅੱਲਾ ਸੌਦਾ ਬਾਰੇ ਭਾਈ ਚੌਕੀ ਲੱਗ ਗਈ ਅਲਟਸ 17 ਮਾਡਲ ਮਿਲਦੀ ਪਈ ਕੀ ਹੋ ਗਿਆ ਜੇ ਜੀਐਲਏ ਨਹੀਂ ਮਿਲਦੀ ਆਟੋ ਗੱਲ ਸੁਣੋ ਗੱਲ ਸੁਣੋ ਉਹ ਜੀਐਲਏ ਦੇ ਰੇਟ ਤੇ ਗੱਡੀ ਦੇ 35 ਲੱਖ ਰੁਪਏ ਦੀ ਠੀਕ ਹੈ ਮੈਂ ਲੈ ਲੈ ਦੇ ਠੀਕ ਹੈ 35 ਲੱਖ ਦੀ ਗੱਡੀ ਮਿਲਦੀ ਪਈ ਜੇ ਕਰ ਲਾਂਗੇ ਕਸ ਕਢਾ ਦੇ ਯਾਰ ਤੁਹਾਨੂੰ ਮੈਂ ਕਰਨਾ ਪਿਆ 35 ਲੱਖ ਰੁਪਏ ਦੀ ਇੰਨੇ ਵੱਡੇ ਪੁੱਤਰ ਕਹਿਣ ਦੇ ਬੋਲ ਲੱਗ ਗਿਆ ਦੇ